ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਅੰਕੁਰਿਤ ਮੂੰਗ ਦੀ ਚਾਟ ਬਣਾਉਣ ਜਾ ਰਹੀ ਹਾਂ। ਇਹ ਅੰਕੁਰਿਤ ਮੈਂ ਕਿਵੇਂ ਕੀਤੇ ਤੁਹਾਨੂੰ ਦੱਸਦਾ। ਸਭ ਤੋਂ ਪਹਿਲਾਂ ਤਾਂ ਦਾਲ ਨੂੰ ਨਾ ਪੂਰੀ ਰਾਤ ਭਿਗੋ ਕੇ ਰੱਖਣਾ ਪਾਣੀ ਵਿੱਚ, ਅੱਛੇ ਪਾਣੀ ਵਿੱਚ, ਅਤੇ ਫਿਰ ਉਸ ਤੋਂ ਬਾਅਦ ਜਿਹੜਾ ਪਾਣੀ ਨਿਕਾਲ ਦੇਣਾ। ਅਤੇ ਅਗਲੇ ਦਿਨ ਕੀ ਹੈ, ਇਸ ਅੰਕੁਰਿਤ ਮੂੰਗ ਜਿਹੜੀ ਮੂੰਗ ਦਾਲ ਨੂੰ ਨਾ ਹਲਕੇ ਜਿਹੇ ਪਾਣੀ ਦੇ ਛਿੜਕਾਅ ਕਰਦਾ ਰਹਿਣਾ ਚਾਹੀਦਾ। ਉਸ ਦੇ ਨਾਲ ਕੀ ਹੈ ਕਿ ਅੰਕੁਰਿਤ ਜਲਦੀ ਹੋਣੀ ਸ਼ੁਰੂ ਹੁੰਦੀ, ਕੁਛ ਖਾਸ ਕਰਕੇ ਬਾਰਿਸ਼ਾਂ ਦੇ ਮੌਸਮ ਦੇ ਵਿੱਚ ਤਾਂ ਬਹੁਤ ਜਲਦੀ ਅੰਕੁਰਿਤ ਹੁੰਦੀ ਹੈ। ਦੇਖੋ ਜੀ ਕਿੰਨੀ ਸੋਹਣੀ ਅੰਕੁਰਿਤ ਹੋਈ ਹੈ ਦਾਲ, ਕੈਮਰੇ 'ਚ ਵੀ ਕਾਫੀ ਅੱਛੀ ਤਰ੍ਹਾਂ ਦਿਖ ਰਹੀ ਹੈ। ਹੁਣ ਪਾਣੀ ਲੈ ਕੇ ਨਾ ਥੋੜ੍ਹਾ ਜਿਹਾ ਉਹਦੇ ਵਿੱਚ ਅੰਕੁਰਿਤ ਦਾਲ ਪਾ ਦੇਣੀ ਹੈ। ਇਹਨੂੰ ਧੋਣਾ ਹੈ ਥੋੜ੍ਹਾ ਸਾਫ ਚੰਗੀ ਤਰ੍ਹਾਂ, ਕਿਉਂਕਿ ਪਈ ਰਹਿੰਦੀ ਹੈ ਨਾ ਉਸ ਮਿੱਟੀ ਵੀ ਕਈ ਵਾਰੀ ਆ ਜਾਂਦੀ ਹੈ, ਪਰ ਸਾਫ਼ ਕਰਨੀ ਜ਼ਰੂਰੀ ਹੈ ਤਾਂ ਕਿ ਇਹਦੀ ਮਿੱਟੀ ਸਾਰੀ ਜਿਹੜੀ ਵੀ ਹੈ ਨਿਕਲ ਜੇ, ਅਤੇ ਜਿਹੜੇ ਇਹਦੇ ਛਿਲਕੇ ਉਹ ਵੀ ਇਹਦੇ ਤੋਂ ਉਤਰ ਜਾਣ। ਹੁਣ ਇਹਨੂੰ ਮੈਂ ਪਾਣੀ ਜਿਹੜਾ ਛਾਣ ਲਾਂਗੇ, ਕੱਢ ਦਾਂਗੇ। ਆਹ ਦੇਖੋ ਜੀ ਲਾਸਟ ਜਿਹੜੀ ਹੈ ਥੋੜ੍ਹੀ ਥੋੜ੍ਹੀ ਮਿੱਟੀ ਹੈਗੀ ਸੀਗੀ। ਹੁਣ ਕੀ ਕਰਾਂਗੇ, ਇੱਕ ਵਾਰੀ ਆਪਾਂ ਨੂੰ ਸਿੱਧੇ ਡਾਇਰੈਕਟ ਪਾਣੀ ਦੇ ਵਿੱਚ ਇੱਕ ਵਾਰੀ ਮਾੜਾ ਧੋ ਲਾਂਗੇ। ਬਾਕੀ ਜਿਹੜੀ ਮਿੱਟੀ ਹੈ ਉਹ ਸਾਰੀ ਨਿਕਲ ਜੇ। ਇਹ ਹੁਣ ਚੰਗੀ ਤਰ੍ਹਾਂ ਸਾਫ਼ ਹੋ ਗਈ ਹੈ ਅੰਕੁਰਿਤ ਮੂੰਗ। ਹੁਣ ਆ ਜਿਹੜੀ ਸਾਫ਼ ਮੂੰਗ ਨੇ ਸਾਰੀ ਆਪਾਂ ਕੀ ਕਰਾਂਗੇ, ਕੁੱਕਰ ਦੇ ਵਿੱਚ ਐਡ ਕਰ ਦਾਂਗੇ, ਕੁੱਕਰ 'ਚ ਪਾ ਦਾਂਗੇ। ਕੁੱਕਰ 'ਚ ਐਡ ਕਰ ਲਈ ਆਪਾਂ ਹੁਣ ਸਾਰੀ ਜਿੰਨੀ ਵੀ ਹੈਗੀ ਹੈ ਮੂੰਗ, ਇਹਦੇ ਵਿੱਚ ਅੱਧਾ ਗਿਲਾਸ ਪਾਣੀ ਪਾ ਕੇ ਅਤੇ ਅੱਧਾ ਕੁ ਚਮਚ ਹਲਦੀ, ਉਹ ਸੋਰੀ ਹਲਦੀ ਥੋੜ੍ਹੀ ਜਿਹੀ ਘੱਟ ਜਮਾਂ, ਅਤੇ ਅੱਧਾ ਕੁ ਚਮਚ ਨਮਕ ਪਾ ਕੇ ਇਹਨੂੰ ਦੋ ਵਿਸਲਾਂ ਦਵਾ ਦੇਣੀ ਹੈ ਤਾਂ ਕਿ ਜਿਹੜੀ ਮੂੰਗੀ ਦਾਲ ਜਿਹੜੀ ਹੈ ਕੱਚੀ ਨਾ ਰਹਿ ਜੇ। ਆਹ ਦੇਖੋ ਜੀ ਵਿਸਲ ਦਵਾਉਣ ਤੋਂ ਬਾਅਦ ਇਸ ਤਰ੍ਹਾਂ ਦੇਖੋ ਧੂੰਆਂ ਵੀ ਨਿਕਲ ਰਿਹਾ, ਹਾਲੇ ਤੁਹਾਨੂੰ ਮੈਂ ਖੋਲਿਆ ਹੀ ਹੈ ਕੁੱਕਰ, ਐਵੇਂ ਸੋਫਟ ਜੀ ਹੋ ਜਾਂਦੀ ਹੈ। ਹੁਣ ਇਹ ਸਾਰਾ ਜਿਹੜਾ ਪਾਣੀ ਹੈ ਇਹਨੂੰ ਆਪਾਂ ਕੀ ਕਰਾਂਗੇ ਛਾਣ ਲਾਂਗੇ। ਸਾਰੀ ਛਾਨੀ ਜਾਏਗੀ, ਪਾਣੀ ਜਿਹੜਾ ਨੀਚੇ ਆ ਰਿਹਾ। ਇਸ ਪਾਣੀ ਦਾ ਤੁਸੀਂ ਆਟੇ ਵਿੱਚ ਵੀ ਯੂਜ ਕਰ ਸਕਦੇ ਹੋ, ਆਟਾ ਗੁੰਨਣ ਲੱਗਿਆ, ਜੇ ਨਹੀਂ ਕਰਨਾ ਤਾਂ ਵੀ ਕੋਈ ਗੱਲ ਨਹੀਂ, ਨਿਊਟ੍ਰੀਸ਼ਨ ਤਾਂ ਇਸ ਪਾਣੀ ਦੇ ਵਿੱਚ ਵੀ ਹੈਗੇ ਆ। ਇਸ ਤਰ੍ਹਾਂ ਆਪਾਂ ਉਹਨੇ ਸਾਰੀ ਛਾਣ ਲਿੱਤੀ ਹੈ। ਆਹ ਦੇਖੋ ਹਾਲੇ ਵੀ ਧੂੰਆਂ ਨਿਕਲ ਰਿਹਾ, ਥੋੜ੍ਹਾ ਇਧਰ ਨਾ ਠੰਡਾ ਹੋਣ ਦੇਵਾਂਗੇ, ਗ੍ਰੀਨ ਤੋਂ ਥੋੜ੍ਹੀ ਥੋੜ੍ਹੀ ਯੈਲੋ ਹੋ ਗਈ ਹੈ, ਹੁਣ ਇਹਨੂੰ ਥੋੜ੍ਹੀ ਦੇਰ ਠੰਡਾ ਹੋਵਾਂਗੇ, ਉਸ ਤੋਂ ਬਾਅਦ ਚਾਟ ਬਣਾਵਾਂਗੇ। ਹਾਂਜੀ ਹੁਣ ਦਾਲ ਜਿਹੜੀ ਉਹ ਠੰਡੀ ਹੋ ਚੁੱਕੀ ਹੈ, ਹੁਣ ਆਪਾਂ ਇੱਕ ਬਾਊਲ ਲਵਾਂਗੇ ਉਹਦੇ ਵਿੱਚ ਐਡ ਕਰਾਂਗੇ। ਹਾਲੇ ਵੀ ਥੋੜ੍ਹੀ ਥੋੜ੍ਹੀ, ਹੁਣ ਮੈਂ ਦੋ ਪਿਆਜ਼ ਬਰੀਕ ਕੱਟ ਲਏ ਆ, ਟਮਾਟਰ ਅਤੇ ਨਿੰਬੂ ਇਹ ਲੈ ਲਏ। ਹੁਣ ਇਹਦੇ 'ਚ ਆਪਾਂ ਪਹਿਲਾਂ ਪਿਆਜ਼ ਐਡ ਕਰ ਦਾਂਗੇ, ਇਹਦੇ ਵਿੱਚ ਹਰੀ ਮਿਰਚ ਵੀ ਤੁਸੀਂ ਐਡ ਕਰ ਸਕਦੇ ਹੋ ਜੇ ਤੁਹਾਨੂੰ ਹਰੀ ਮਿਰਚ ਚੰਗੀ ਲੱਗਦੀ ਹੈ। ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਪਹਿਲਾਂ।
जो मिक्स हो जाए उहदे विच अद्धा कु चम्मच नमक होर ऐड करना है, क्योंकि जो पानी निचोड़ दिंदे आ तो नमक भी चला जांदा ना पानी दे विच, फिक्का हो जांदा है, फिर टेस्ट नहीं आंदा। फिर अद्धा चम्मच मिर्चा, जे तुसीं हरी मिर्च ऐड कर रहे हो फिर तुसीं लाल मिर्च घट पानी है, जे नहीं ऐड कर रहे फिर लाल मिर्च तुसीं ऐड होर कर सकदे हो, ते थोड़ा जिहा चाट मसाला। इन्हें मिक्स कर देना, हम नींबू ऐड करांगे लास्ट ते। जिन्ना तुसी खट्टा खाना पसंद करते हो नींबू, फिर तुसी होर भी ऐड कर सकते हो। हल तो मैं बीज निकाले भी सी, फिर भी दो बीज निकल आए हैं। हम चंगी तरह मिक्स कर दो, हम तुहाडा जिहड़ा मूंग चाट जिहड़ा तैयार हो गई है। बहुत अच्छी खुशबू आ रही है, नींबू पाया ना उहदे नाल बहुत ज्यादा अच्छा फ्लेवर आऊगा। इन हम आप सर्व करांगे ते खावांगे टेस्टी टेस्टी मूंग चाट। इहदे विच तुसीं उबले हुए आलू भी ऐड कर सकदे हो, अगर तुहानू आलू खाना भी पसंद है ना। लो जी खाओ अंकुरित मूंग चाट। मैनूं दस्सियो तुहानू मेरी ये वीडियो किवें लगी, ते मेरे चैनल नूं सबसक्राइब जरूर करया करो प्लीज। लो जी घर दी टेस्टी टेस्टी मूंग अंकुरित चाट। ओके जी, थैंक यू।